ਭੁੱਖ ਬਹੁਤ ਲੱਗੀ ਹੈ ਬਈ ਤੇ ਲੰਚ ਦਾ ਟਾਈਮ ਹੈਗਾ ਤੇ ਕਿਤੇ ਰੁਕਣ ਦੀ ਸੋਚ ਰਹੇ ਸੀ ਲੰਬੇ ਟਾਈਮ ਤੋਂ ਸਾਹਮਣੇ ਆਖਰ ਨੂੰ ਇੱਕ ਢਾਬਾ ਆ ਵੈਲਕਮ ਟੂ ਸਮਾਂਗ ਢਾਬਾ ਤੇ ਇਹ ਇਹੋ ਜਿਹੇ ਖੁੱਲ੍ਹੇ ਜਿਹੇ ਢਾਬੇ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਤੇ ਹੁਣ ਖਾਂਦੇ ਹਾਂ ਇੱਥੇ ਅੱਜ ਤਾਂ ਬ੍ਰੇਕਫਾਸਟ ਵੀ ਨਹੀਂ ਕੀਤਾ ਚੰਗੀ ਤਰ੍ਹਾਂ ਮੈਨੂੰ ਇਹ ਲੱਗ ਰਿਹਾ ਵਿਊ ਵੀ ਹੋਊਗਾ ਸ਼ਾਇਦ ਇਹਦੇ ਪਿਛਲੇ ਪਾਸੇ ਨਾ ਲਓ ਜੀ ਦੇਖਦੇ ਹਾਂ ਕੀ ਕੁਛ ਹੋਊ ਇੱਥੇ ਖਾਣ ਨੂੰ ਅਤੇ ਆਹ ਨਾ ਇੱਥੇ ਸਾਰੇ ਕਿਤੇ ਲੱਗਿਆ ਹੁੰਦਾ ਸੜਕਾਂ ਦੇ ਮਤਲਬ ਜਿੱਥੇ ਚਾ ਢਾਬਿਆਂ ਦੇ ਮੋਸਟਲੀ ਜਿੱਥੋਂ ਦੀ ਵੀ ਆਪਾਂ ਲੰਘਦੇ ਅਤੇ ਸਾਰੇ ਕਿਤੇ ਆਪਾਂ ਵੀ ਆਪਣੀ ਨਿਸ਼ਾਨੀ ਛੱਡ ਕੇ ਜਾਂਦੇ ਮੈਂ ਤਾਂ ਪਾਲੀ ਬਾਈ ਨੂੰ ਵੀ ਕਿਹਾ ਸੀ ਵੀ ਤੁਸੀਂ ਵੀ ਸਟicker ਬਣਵਾ ਕੇ ਲਿਆਉਣੇ ਸੀ ਆਪਣੇ ਚੈਨਲ ਦੇ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਵਿਊ ਵਧੀਆ ਹੋਊਗਾ ਦੇਖੋ ਦੇਖਦੇ ਆ ਜਾ ਕੇ ਵਿਊ ਤੁਹਾਡਾ ਕਿਹੋ ਜਿਹਾ ਦੇਖੋ ਸਹੀ ਹੈ ਯਾਰ ਖੇਤੀ ਖੇਤ ਸੋਹਣਾ ਦਿਖਦਾ ਹੈ ਨਾ ਇਹਨਾਂ ਤੇ ਮੈਨੂੰ ਖੇਤ ਬਹੁਤ ਪਸੰਦ ਆ ਯਾਰ ਇਪਨ ਇੱਥੇ ਹੁਣ ਅਸੀਂ ਇਸ ਵਕਤ ਫਿਰਦੇ ਆ ਤੇ ਇੱਥੇ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਹੈਗਾ ਸਿਰਫ 7 ਡਿਗਰੀ ਤੇ ਤੁਹਾਨੂੰ ਮੈਂ ਦਿਖਾ ਦਾਂ ਤੇ ਮਾਈ ਲੋਕੇਸ਼ਨ ਇਹ 7 ਡਿਗਰੀ ਤਾਪਮਾਨ ਆ ਰਿਹਾ ਬਟ ਧੁੱਪ ਇੱਥੇ ਇੰਨੀ ਜ਼ਿਆਦਾ ਤਿੱਖੀ ਹੈ ਨਾ ਮਤਲਬ ਮਾਸ ਫੂਕ ਦਿੰਦੀ ਹੈ ਸਾਰੀ ਚਮੜੀ ਉਧੇੜ ਦਿੰਦੀ ਹੈ ਜਿਵੇਂ ਹੁਣ ਮੈਂ ਬਾਹਰ ਮੈਂ ਖੜਾ ਤਾਂ ਹੈਗਾ ਮਤਲਬ ਇਹ ਤੋਂ ਬਿਨਾਂ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਠੰਡੀਆਂ ਹਵਾਵਾਂ ਚੱਲਦੀਆਂ ਜਿਹਦੇ ਕਰਕੇ ਠੰਡ ਲੱਗਦੀ ਹੈ ਜੈਕਟ ਤੋਂ ਬਿਨਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਜੇ ਮੈਂ ਅੱਧਾ ਘੰਟਾ ਇਸ ਤਰ੍ਹਾਂ ਰਹਿ ਗਿਆ ਜਿਵੇਂ ਹੁਣ ਮੈਂ ਖੜਾ ਬਿਨਾਂ ਬਾਹਾਂ ਤੋਂ ਤੇ ਸਾਰੀ ਸਕਿਨ ਫੂਕ ਦੇਣੀਆਂ ਨੇ ਮੇਰੇ ਮੂੰਹ ਦਾ ਦੇਖ ਲਓ ਕੀ ਹਾਲ ਹੋਇਆ ਪਿਆ ਮੋਟਰਸਾਈਕਲ ਚਲਾਉਣ ਕਰਕੇ ਤੇ ਜਦੋਂ ਵੀ ਤੁਸੀਂ ਇਸ ਇਲਾਕੇ 'ਚ ਆਉਣਾ ਹੈਗਾ ਤਾਂ ਆਪਣੀ ਪੂਰੀ ਪ੍ਰੋਟੈਕਸ਼ਨ ਨਾਲ ਆਉਣਾ ਹੈਗਾ ਜਿਹੜਾ ਮਤਲਬ ਸਨਸਕਰੀਨ ਹੁੰਦਾ ਹੈਗਾ ਉਹ ਹਮੇਸ਼ਾ ਲਾ ਕੇ ਰੱਖਣਾ 4-4 ਘੰਟਿਆਂ ਬਾਅਦ ਤੇ ਉਹ ਵੀ ਲਿਆਉਣਾ SPF 50+ ਵਾਲਾ ਉਹ ਅਸਰ ਕਰਦਾ ਪਏ ਖੜਿਆ ਨਹੀਂ ਜਾਂਦਾ ਯਾਰ ਅੰਦਰ ਬੈਠਦੇ ਆ ਕਿਉਂਕਿ ਨਾ ਧੁੱਪ ਬਾਲੀ ਤਿੱਖੀ ਹੈ ਤੇ ਥੋੜਾ ਜਿਹਾ ਟਾਈਮ ਮਤਲਬ ਬਾਹਰ ਰਹੇ ਸਕਿਨ ਫੂਕ ਦਿੰਦੀ ਆ ਪ੍ਰਾਉਣਾ ਸਾਹਿਬ ਵੀ ਸਾਡੇ ਦੇਖੋ ਕਿਵੇਂ ਮੱਥਾ ਢੱਕ ਰੱਖਿਆ ਮੂੰਹ ਥੱਲੋਂ ਲਾਲ ਹੋ ਗਿਆ ਨਾ ਲਾਲ ਕਰਦੀ ਹੈ ਤੇ ਜਿਹੜਾ ਮਾਸ ਨੰਗਾ ਰਹਿ ਗਿਆ ਉਹ ਫੁੱਕ ਜਾਂਦਾ ਬਸ ਫੁੱਕ ਤਾਂ ਇੰਨਾ ਆ ਬਚਦਾ ਹੈ ਜੇ ਹੈ ਨਾ ਅਸਲ 'ਚ ਨਾ ਹਿਮਾਲਿਆ ਦੇ ਜਿੰਨੇ ਪਹਾੜ ਆ ਅਤੇ ਉਹ 'ਚ ਜਦੋਂ ਤੁਸੀਂ 10,000 ਫੁੱਟ ਤੋਂ ਉੱਪਰ ਚਲੇ ਜਾਂਦੇ ਹੋ ਤਾਂ ਮਤਲਬ ਸਾਰੇ ਕਿਤੇ ਸੇਮ ਹੀ ਵੈਦਰ ਹੈਗਾ ਖੁਸ਼ਕ ਮੌਸਮ ਹੋ ਜਾਂਦਾ ਅਸੀਂ ਜਦੋਂ ਐਵਰੈਸਟ ਬੇਸ ਕੈਂਪ ਲਾ ਕੇ ਆਏ ਉਦੋਂ ਵੀ ਇਹੀ ਹਾਲ ਹੋਇਆ ਸਾਡੇ ਨਾਲ ਲੇਹ ਗਏ ਹਾਂ ਉਦੋਂ ਵੀ ਇਹੀ ਹਾਲ ਹੋਇਆ ਜਦੋਂ ਜਦੋਂ ਤੁਸੀਂ ਹਾਈ ਐਲਟੀਟਿਊਡ 'ਤੇ ਜਾਓਗੇ ਇਹੀ ਹਾਲ ਹੋ ਜਾਣਾ ਅਤੇ ਰੋਟੀ ਪਾਣੀ ਛਕ ਲਿਆ ਹੁਣ ਆਪਾਂ ਆਪਣੇ ਸਫ਼ਰ ਵੱਲ ਅੱਗੇ ਵੱਧਦੇ ਹਾਂ ਅਤੇ ਬਾਈ ਜਿੱਥੋਂ ਦੀ ਲੰਘਦੇ ਜਾਓ ਅਤੇ ਆਪਣੀਆਂ ਪੈੜਾਂ ਛੱਡਦੇ ਜਾਓ ਇਹੀ ਸਫ਼ਰ ਦੀਆਂ ਨਿਸ਼ਾਨੀਆਂ ਹੁੰਦੀਆਂ ਖੂਬਸੂਰਤੀਆਂ ਹੁੰਦੀਆਂ ਅਤੇ ਬਾਈ ਜੀ ਨੇ ਲਾ ਤਾ ਆਪਣਾ ਜੀਪ ਦਾ ਸਟਿੱਕਰ ਪੰਜਾਬ ਜੀਪ ਕਲੱਬ ਦੇ ਥੱਲੇ ਲਾਤਾ ਹੈ ਪੰਜਾਬੀ ਟਰੈਵਲ ਕਪਲ ਪੰਜਾਬੀ ਹੈ ਧੰਨਵਾਦ ਜੀ ਇੰਨੇ ਬੰਦਿਆਂ 'ਚ ਸ਼ਾਮਿਲ ਹੋ ਗਿਆ ਐਡੇ ਗਰੁੱਪ 'ਚ ਹੁਣ ਦੇਖੋ ਤੁਸੀਂ ਪਹਾੜਾਂ ਦੇ ਰੰਗ ਚੇਂਜ ਹੋਣ ਲੱਗ ਗਏ ਕਾਲੇ ਪਹਾੜ ਵਿੱਚ ਚਿੱਟੇ ਪਹਾੜ ਜਗ੍ਹਾ ਜਗ੍ਹਾ 'ਤੇ ਨਾ BRO ਰੋਕ ਲੈਂਦੀ ਹੈ ਕਿਉਂਕਿ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਹੈਗਾ ਅਤੇ ਰੋਡ ਚੌੜੇ ਹੋ ਰਹੇ ਆ ਹੌਲੀ ਹੌਲੀ ਇਸ ਏਰੀਏ ਦੇ ਲੋਕ ਆਉਣ ਜਾਣ ਵਧਾ ਰਹੇ ਆ ਇਸ ਇਲਾਕੇ 'ਚ ਅੱਜ ਤਾਂ ਨਾ ਕਦੇ ਸਾਡੇ ਕੋਲ ਦੀ ਕਾਰ ਲੰਘ ਜਾਂਦੀ ਹੈ ਕਦੇ ਆ ਟਰੱਕ ਲੰਘ ਜਾਂਦੇ ਨੇ ਅਤੇ ਸਾਡੇ ਕੱਪੜੇ ਨੀਲੇ ਤੋਂ ਚਿੱਟੇ ਹੋਏ ਪਏ ਨੇ ਇੰਨਾ ਮਿੱਟੀ ਘੱਟਾ ਨਾ ਬੁਰਾ ਹਾਲ ਜਿੰਨੀ ਭੈੜੀ ਅੱਜ ਹੋਈ ਹੈ ਨਾ ਇੰਨੀ ਭੈੜੀ ਕਦੇ ਨਹੀਂ ਹੋਈ ਇੰਨਾ ਖਰਾਬ ਰੋਡ ਅੱਜ ਤੱਕ ਨਹੀਂ ਸਾਨੂੰ ਮਿਲਿਆ ਜਿੰਨਾ ਅਸੀਂ ਸਫ਼ਰ ਸ਼ੁਰੂ ਕੀਤਾ ਜਿੱਦੇ ਦਾ ਅਤੇ ਇਹ ਕਾਰਨ ਤਾਂ ਹੈ ਕਿਉਂਕਿ ਯਾਰ ਰੋਡ ਦੀ ਕੰਸਟਰਕਸ਼ਨ ਚੱਲ ਰਹੀ ਹੈ ਨਾ ਸੜਕ ਬਣ ਰਹੀ ਹੈ ਚੌੜੀ ਆਹ ਦੇਖੋ ਆਹ ਦੇਖੋ ਤੁਸੀਂ ਹੁਣ ਆ ਜਾਊਗਾ ਅਤੇ ਆਹ ਦੇਖੋ ਪ੍ਰੈਕਟੀਕਲ ਤੁਹਾਡੇ ਸਾਹਮਣੇ ਹੋ ਗਿਆ ਭਰ ਦਿੰਦੇ ਆ ਬਿਲਕੁਲ ਪੂਰੀ ਤਰ੍ਹਾਂ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੁਣ ਤੇ ਹੁਣ ਤਾਂ ਜਦੋਂ ਮੈਂ ਬੋਲ ਰਹੀ ਹਾਂ ਨਾ ਮੈਨੂੰ ਮੇਰੇ ਮੂੰਹ 'ਚ ਵੀ ਐਂ ਫੀਲ ਹੋ ਰਿਹਾ ਜਿਵੇਂ ਮਿੱਟੀ ਗਈ ਹੁੰਦੀ ਆ ਇਹ ਇਲਾਕੇ 'ਚ ਨਾ ਬਹੁਤ ਸਾਰੀਆਂ ਮਿਨਿਸਟਰੀਆਂ ਐਵੇਂ ਵੀ ਬਣੀਆਂ ਹੋਈਆਂ ਇਹ ਦੇਖ ਲਓ ਮੰਦਰ ਹੈ ਵੀ ਬੁੱਧ ਧਰਮ ਦਾ ਕੋਈ ਕਿਵੇਂ ਪਹਾੜ ਦੀ ਜੜ 'ਚ ਬਣਾਇਆ ਹੈ ਅਸੀਂ ਨਾ ਜਦੋਂ ਅਫਗਾਨਿਸਤਾਨ ਗਏ ਸੀ ਉੱਥੇ ਵੀ ਦੇਖਿਆ ਸੀਗਾ ਬੇਈਮਾਨ ਦੀ ਜਗ੍ਹਾ 'ਤੇ ਇੱਕ ਉੱਥੇ ਵੀ ਬੁੱਧ ਧਰਮ ਦੀਆਂ ਕਾਫੀ ਜਗ੍ਹਾ ਹੁੰਦੀਆਂ ਸੀ ਬਟ ਉਹ ਤਾਲਿਬਾਨ ਨੇ ਸਾਰੀਆਂ ਡਿਸਟਰੋਏ ਕਰਤੀਆਂ ਸੀਗੀਆਂ ਅਤੇ ਉਹਦੀਆਂ ਜੇ ਮੇਰੇ ਕੋਲ ਫੋਟੋਆਂ ਪਈਆਂ ਹੋਈਆਂ ਮੈਂ ਮੈਨਸ਼ਨ ਕਰੂੰਗਾ ਇਹਦੇ ਵਿੱਚ ਤੁਹਾਨੂੰ ਦਿਖਾਊਂਗਾ ਉਹ ਵੀ ਫੋਟੋਸ ਚਾਂਗੋ ਆ ਗਿਆ ਛੋਟੇ ਛੋਟੇ ਟਾਊਨ ਆ ਰਹੇ ਆ ਹੈ ਨਾ ਵੱਡਾ ਕੋਈ ਵੀ ਸ਼ਹਿਰ ਨਹੀਂ ਹੈਗਾ ਜਿਵੇਂ ਨਿੱਕੇ ਨਿੱਕੇ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਬੱਸ ਅੱਡਿਆਂ 'ਤੇ ਹੁੰਦੀ ਹੈ ਜਿਵੇਂ ਆਪਣੇ ਪਿੰਡ ਦਾ ਬੱਸ ਅੱਡਾ ਆ ਜਾਂਦਾ ਨਾ ਉਨੀ ਕਰਾਉਣ ਕੇ ਬਸ ਆਲਮੋਸਟ ਹਰ ਫੈਸਿਲਿਟੀ ਮਿਲਦੀ ਹੈ ਜਿਵੇਂ ਮਕੈਨਿਕ ਵਗੈਰਾ ਨੇ ਖਾਣ ਪੀਣ ਦਾ ਸਮਾਨ ਹੈ ਨਾ ਨਾਕੋ ਤੋਂ ਬਾਅਦ ਜਿਹੜਾ ਬੋਧੀਆਂ ਦਾ ਦੂਜਾ ਵੱਡਾ ਪਿੰਡ ਆਉਂਦਾ ਗਾ ਉਹ ਆਉਂਦਾ ਹੈਗਾ ਸੁਮਦੋ ਉਹ ਸਾਹਮਣੇ ਸੁਮਦੋ ਦਿਖ ਰਿਹਾ ਉਹ ਵੀ ਉੱਪਰ ਪਹਾੜਾਂ ਦੇ ਵਸੇ ਹੋਏ ਆ ਅਤੇ ਆਪਾਂ ਇਹਦੇ ਹੇਠਾਂ ਹੇਠਾਂ ਦੀ ਜਾਣਾ ਹੈਗਾ ਅਤੇ ਜਿਵੇਂ ਤੁਹਾਨੂੰ ਦੱਸਿਆ ਪਿੰਡ ਹੈ ਛੋਟੇ ਛੋਟੇ ਬਟ ਹੁਣ ਅਸੀਂ ਹਾਈਟ ਤੋਂ ਥੱਲੇ ਉੱਤਰ ਆਏ ਹੁਣ ਜਿਹੜਾ ਸਪਿਤੀ ਰਿਵਰ ਹੈ ਸਪਿਤੀ ਦਰਿਆ ਦੇ ਨਾਲ ਨਾਲ ਤੁਰੇ ਜਾ ਰਹੇ ਹਾਂ ਅਤੇ ਸੁਮਦੋ ਤੋਂ ਬਾਅਦ ਆਊਗਾ ਤਬੋ
ਤਬੋ ਜਾ ਕੇ ਆਪਾਂ ਜਿਹੜਾ ਵਲੌਗ ਖਤਮ ਕਰਾਂਗੇ ਕਿਉਂਕਿ ਤਬੋ ਮਿਨਿਸਟਰੀ ਹੈ ਉਹ ਫਿਰ ਸੈਪਰੇਟ ਵਲੌਗ 'ਚ ਦਿਖਾ ਦਾਂਗੇ ਤੁਹਾਨੂੰ। ਇਹ ਮੰਤਰ ਟੰਗੇ ਹੋਏ ਆ ਅਤੇ ਜਿਹੜੇ ਤੁਹਾਨੂੰ ਦੇਖਣ ਨੂੰ ਸੋਹਣੇ ਲੱਗਦੇ ਆ ਅਤੇ ਹਵਾ 'ਚ ਬੋਧੀਆਂ ਦੀ ਮਨੌਤ ਆ ਵੀ ਇਹ ਹਵਾ 'ਚ ਘੁਲਦੇ ਆ ਇਹਦੇ ਨਾਲ ਮੰਤਰ। ਇਹਨਾਂ 'ਤੇ ਲਿਖਿਆ ਹੁੰਦਾ ਗਾ ਜਿਵੇਂ ਆਪਾਂ ਸਵੇਰੇ ਪੜ੍ਹਿਆ ਸੀ ਨਾ ਓਮ ਮਾਨੀ ਪਦਮੇ ਹਮ, ਉਹੀ ਇਹਨਾਂ 'ਤੇ ਲਿਖਿਆ ਹੁੰਦਾ। ਇਹ ਬੁੱਧੀਆਂ ਦੇ ਦੇਸ਼ 'ਚ ਆ ਗਏ ਜੀ ਆਪਾਂ ਅਤੇ ਬੁੱਧਿਜ਼ਮ ਦੇ ਮੰਤਰ ਇਹ ਇਹ ਦੇਖੋ ਇਹਨਾਂ 'ਤੇ ਵੀ ਲਿਖਿਆ ਹੁੰਦਾ ਓਮ ਮਾਨੀ ਪਦਮੇ ਹਮ। ਸੋਹਣੇ ਬੜੇ ਲੱਗਦੇ ਜਦੋਂ ਆਲੇ ਦੁਆਲੇ ਲਿਖੇ ਹੋਏ ਨਾ ਸਾਰੇ, ਅਤੇ ਫਿਰ ਮੇਰਾ ਵੀ ਜੀ ਕਰਦਾ ਵੀ ਇੱਥੇ ਬੰਨਾ। ਉਹ ਜੀ ਹੁਣ ਕਹਿੰਦੇ ਆਪਣਾ ਮੋਟਰਸਾਈਕਲ ਵੀ ਸਿਮਰਨ ਕਰੂਗਾ, ਇਹ ਨਿਸ਼ਾਨੀ ਹੈਗੀ। ਕਹਿੰਦੇ ਜਿਹੜੇ ਬੁੱਧ ਧਰਮ 'ਚ ਭਲੇ ਪੁਰਸ਼ ਹੁੰਦੇ ਆ ਨਾ ਉਹ ਇਹਨਾਂ ਨੂੰ ਕਰਕੇ ਰੱਖਦੇ ਮੋਸਟਲੀ। ਇੱਥੇ ਲਿਖਿਆ ਯੂ ਆਰ ਹੇਅਰ ਅਤੇ ਅਸੀਂ ਇੱਥੇ ਹਾਂ, ਅਤੇ ਇੱਥੋਂ ਅੱਗੇ ਇੰਨਾ ਸਫ਼ਰ ਤੈਅ ਕਰਨਾ ਹੈ ਜੀ, ਨਾਲ 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 ਇੰਨਾ ਘੁੰਮਣਾ ਪਾਏ ਸਾਰਾ ਇਲਾਕਾ। ਚਾਈਨਾ ਬਾਰਡਰ ਇੱਥੇ ਨੇੜੇ ਹੋਣ ਕਰਕੇ ਹਰ ਵਹੀਕਲ ਦੀ ਇੱਥੇ ਚੈਕਿੰਗ ਹੁੰਦੀ ਹੈ ਅਤੇ ਐਂਟਰੀ ਕਰਾਉਣੀ ਪੈਂਦੀ ਆ। ਜਿਹੜੀਆਂ ਮਿਲਾਂ ਦਾ 12 ਕੁ ਕਿਲੋਮੀਟਰ ਹੋਣਾ, ਤਾਂ ਕਰਕੇ ਜਿਹੜਾ ਵੀ ਵਹੀਕਲ ਇੱਥੇ ਆਉਂਦਾ ਤਾਂ ਉਹਦੀ ਸਾਰੇ ਦੀ ਐਂਟਰੀ ਹੁੰਦੀ ਆ। ਅਤੇ ਹੁਣ ਸਾਡੇ ਮੋਟਰਸਾਈਕਲ ਦੀ ਵੀ ਐਂਟਰੀ ਹੋ ਰਹੀ ਆ, ਉੱਧਰ ਰਿਪਨ ਹੋ ਰਹੀ ਕਰਾਉਣ ਗਏ ਨੇ। ਲਓ ਵੀ ਐਂਟਰੀ ਹੋ ਗਈ ਅਤੇ ਹੁਣ ਆਪਾਂ ਅੱਗੇ ਜਾ ਸਕਦੇ ਹਾਂ। ਆਹ ਕੀ ਸਿਸਟਮ ਹੈ ਬਈ? ਇਹ ਬਈ ਬੰਦੇ ਨੇ ਗੱਡੀ 'ਤੇ ਉਹ ਬਣਾ ਰੱਖਿਆ ਤਾਂ ਉੱਪਰ ਇਸੇ ਦੀ ਟੈਂਟ ਬਣ ਜਾਣਾ, ਉਹੀ ਹੈ ਨਾ ਪਹਿਲੀ ਬਈ? ਇਹ 5 ਲੱਖ ਦਾ ਟੈਂਟ ਹੈ। ਆਉਣ ਵਾਲੇ ਟਾਈਮ 'ਚ ਬਈ ਜਦੋਂ ਅਸੀਂ ਵਰਲਡ ਟੂਰ ਲਾਉਣਾ, ਅਸੀਂ ਦੁਨੀਆ ਘੁੰਮਣ ਨਿਕਲਣਾ ਬਹੁਤ ਛੇਤੀ, ਅਤੇ ਫਿਰ ਅਸੀਂ ਜੀ ਕਾਰ ਲੈ ਕੇ ਉੱਪਰ ਟੈਂਟ ਲਾ ਕੇ, ਅਤੇ ਤਾਂ ਜੀ ਤੁਹਾਨੂੰ ਕਹਿੰਦਾ ਛੇਤੀ ਛੇਤੀ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ, ਨਹੀਂ ਲੇਟ ਹੋ ਜਾਓਗੇ ਫਿਰ ਤੁਸੀਂ। ਹੁਣ ਅਸੀਂ ਪਹੁੰਚ ਗਏ ਸੁਮਦੋ, ਸੁਮਦੋ ਜਾ ਕੇ ਚੈੱਕ ਪੋਸਟ ਆਈ ਸਾਡੀ ਐਂਟਰੀ ਵਾਲੀ। ਅਤੇ ਇਹ ਕੋਈ ਬਹੁਤਾ ਵੱਡਾ ਸ਼ਹਿਰ ਤਾਂ ਨਹੀਂ ਹੈਗਾ, ਸਿਰਫ ਇੱਥੇ ਆਰਮੀ ਦੀ ਇੱਕ ਚੈੱਕ ਪੋਸਟ ਹੈ ਅਤੇ ਇੱਥੇ ਆਰਮੀ ਦੀ ਕੰਟੀਨ ਬਣੀ ਹੋਈ ਹੈ। ਇੱਥੇ ਅਸੀਂ ਕੁਛ ਖਾਣ ਪੀਣ ਲੱਗੇ ਹਾਂ, ਖਾ ਪੀ ਕੇ ਫਿਰ ਅੱਗੇ ਵਧਾਂਗੇ। ਆਹ ਦੇਖੋ ਇੱਧਰ ਲਿਖਿਆ ਚਾਏ, ਸਮੋਸਾ, ਸਭ ਕੁਛ ਮਿਲਦਾ ਇੱਥੇ, ਜਿਹੜਾ ਕੁਝ ਸਾਨੂੰ ਪਸੰਦ ਹੈਗਾ ਨਾ। 2 ਰੋਡ ਹੋ ਜਾਂਦੇ ਆ ਦੇਖੋ, 1 ਰੋਡ ਜਾਂਦਾ ਹੈਗਾ ਕਾਜ਼ਾ, ਲੋਸਰ, ਤਬੋ, 1 ਜਾਂਦਾ ਕੌਰਿਕ। ਜਿਹੜਾ ਕੌਰਿਕ ਹੈਗਾ ਇਹ ਚੀਨ ਦਾ ਬਾਰਡਰ ਹੈ, ਇੱਧਰਲੇ ਪਾਸੇ ਉੱਪਰ ਰਹਿ ਜਾਂਦਾ, ਉਹ ਉੱਪਰ ਆਰਮੀ ਦੀਆਂ ਚੈੱਕ ਪੋਸਟਸ ਵੀ ਨੇ। ਅਤੇ ਇੱਥੋਂ 16 ਕਿਲੋਮੀਟਰ ਹੈ ਜਿਹੜਾ ਚਾਈਨਾ ਦਾ ਬਾਰਡਰ ਹੈ। ਪਰਮਿਸ਼ਨ ਕਹਿੰਦੇ ਕਿਸੇ ਨੂੰ ਮਿਲਦੀ ਨਹੀਂ ਹੈਗੀ ਉੱਥੇ ਜਾਣ ਦੀ, ਅਤੇ ਇਸ ਕਰਕੇ ਆਪਾਂ ਜਾਣਾ ਕਾਜ਼ਾ ਨੂੰ। ਜੇ ਤੁਸੀਂ ਇਹ ਮਿਨਿਸਟਰੀ ਦੇਖ ਕੇ ਜਾਣੀ ਹੈ ਨਾ, ਇਹ ਪੈਂਦੀ ਹੈ ਸੁਮਦੋ ਅਤੇ ਤਬੋ ਦੇ ਵਿਚਾਲੇ। ਜਦੋਂ ਸੁਮਦੋ ਤੋਂ 2-3 ਕਿਲੋਮੀਟਰ ਬਾਹਰ ਨਿਕਲੋਂਗੇ ਅਤੇ ਤਬੋ ਨੂੰ ਜਾਵਾਂਗੇ ਆਪਾਂ, ਤਾਂ ਰਸਤੇ 'ਚ ਇੱਕ ਗੇਟ ਬਣਿਆ ਹੁੰਦਾ, ਜਿਵੇਂ ਉਹ ਸਾਹਮਣੇ ਤੁਹਾਨੂੰ ਗੇਟ ਬਣਿਆ ਦਿਖੂਗਾ, ਅਤੇ ਉੱਥੋਂ ਆਪਾਂ ਰਾਈਟ ਹੈਂਡ ਸਾਈਡ ਮੁੜ ਜਾਣਾ ਗਾ, ਅਤੇ ਲੈਫਟ 'ਤੇ ਤਬੋ ਨੂੰ ਰਸਤਾ ਚੱਲ ਜਾਂਦਾ ਗਾ, ਅਤੇ ਜਦੋਂ ਰਾਈਟ ਜਾਵਾਂਗੇ ਇੱਥੋਂ 10 ਕਿਲੋਮੀਟਰ ਹੈ ਗਿਊ, ਇੱਕ ਪਿੰਡ ਹੈਗਾ ਜਿਹੜਾ ਪਿੰਡ 'ਚ ਮਿਨਿਸਟਰੀ ਬਣੀ ਹੋਈ ਹੈ। ਆ ਸਾਹਮਣੇ ਗੇਟ ਬਣਿਆ ਹੋਇਆ ਆ ਗਿਆ ਅਤੇ ਬੋਰਡ ਵੀ ਲੱਗਿਆ ਹੋਇਆ ਗਿਊ ਲਈ, ਅਤੇ ਇਸ ਗੇਟ ਤੋਂ ਹੁਣ ਆਪਾਂ ਅੰਦਰ ਐਂਟਰ ਹੋਣਾ। ਇਹ ਸਾਰਾ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਮੋਸਟਲੀ ਬੰਦੇ ਨੂੰ ਕਾਹਲੀ ਹੁੰਦੀ ਹੈ, ਕਿਉਂਕਿ ਇੱਕ ਤਾਂ ਰੁੱਖੇ ਰੁੱਖੇ ਜਿਹੇ ਪਹਾੜ ਹੈ, ਸਾਰੇ ਬੰਦੇ ਨੂੰ ਇਹ ਹੁੰਦਾ ਛੇਤੀ ਇੱਥੋਂ ਨਿਕਲੀਏ, ਅਤੇ ਇੱਕ ਕਰਵ ਪੈਂਦਾ ਇੱਧਰੋਂ ਸੁਮਦੋ ਤੋਂ ਆਉਂਦਾ ਅਤੇ ਕਰਵ ਪੈਂਦਾ, ਅਤੇ ਇੱਧਰ ਤਬੋ ਨੂੰ ਲੰਘ ਜਾਂਦਾ ਹੈਗਾ। ਉਹ ਬੰਕਰ ਬਣੇ ਹੋਏ ਆ ਉੱਪਰ ਇੰਡੀਅਨ ਆਰਮੀ ਦੇ, ਇੰਨਾ ਬਾਰਡਰ ਦੇ ਨੇੜੇ ਆ ਗਏ ਅਸੀਂ। ਅਤੇ ਉਹ ਸਾਹਮਣੇ ਦੇਖ ਲਓ ਜਿਹੜੇ ਉੱਪਰਲੀਆਂ ਪਹਾੜੀਆਂ ਨਾ, ਉੱਪਰਲੀਆਂ ਪਹਾੜੀਆਂ 'ਤੇ ਸਾਰੇ ਬੰਕਰ ਹੈ, ਅਤੇ ਥੱਲੇ ਸਪਿਤੀ ਰਿਵਰ ਜਾਂਦਾ ਹੈਗਾ। ਜੇ ਬਾਏ ਏਅਰ ਦੀ ਡਿਸਟੈਂਸ ਨਾਪਣੀ ਹੋਵੇ ਨਾ, ਮੈਨੂੰ ਐਂ ਲੱਗਦਾ ਵੀ 1-2 ਪਹਾੜ ਛੱਡ ਕੇ ਚਾਈਨਾ ਦਾ ਬਾਰਡਰ ਹੋਣਾ ਸਾਹਮਣੇ, ਕਿਉਂਕਿ ਆਰਮੀ ਨੇ ਤਾਂ ਬੰਕਰ ਬਾਰਡਰ 'ਤੇ ਬਣਾਉਣੇ ਆ, ਖੈਰ ਵਾਹਵਾ ਪਿੱਛੇ ਤਾਂ ਬਣਾਉਣੇ ਨਹੀਂ ਹੈਗੇ ਹੈ ਨਾ। ਅਤੇ ਇਹ ਬਾਰਡਰ ਦੇ ਨਾਲ ਲੱਗਦਾ ਏਰੀਆ ਸਾਰਾ ਬਿਲਕੁਲ ਲਾਸਟ ਲਾਈਨ 'ਤੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਰੋਡ ਘੁੰਮ ਰਹੇ ਹਾਂ, ਲਾਸਟ ਇੰਡੀਆ ਦਾ ਰੋਡ ਹੈ ਇਹ। ਆਪਾਂ ਚੱਕੀਏ ਬਈ ਆਪਣਾ ਬੁਲਟ ਅਤੇ ਵਧੀਆ ਆਪਣੇ ਸਫ਼ਰ ਵੱਲ। ਪਿਛਲੇ ਵਲੌਗ 'ਚ ਆਪਾਂ ਲਾਏ ਸੀ ਇਹਦੇ ਝੰਡੇ, ਬੁੱਧਿਜ਼ਮ ਦੇ ਮੰਤਰ, ਇਹ ਹਵਾ 'ਚ ਸਿਮਰਨ ਕਰਦੇ ਆ ਓਮ ਮਾਨੀ ਪਦਮੇ ਹਮ। ਕਹਿੰਦੇ ਜੈਸਾ ਦੇਸ਼ ਵੈਸਾ ਭੇਸ, ਇਹ ਆਪਾਂ ਧਾਰਨਾ ਦੀ ਪਾਲਣਾ ਕਰਦੇ ਹਾਂ। ਜਿਹੜਾ ਇਹ ਗਿਊ ਨੂੰ ਰੋਡ ਜਾਂਦਾ ਨਾ, ਅਤੇ ਰੋਡ ਦੀ ਹਾਲਤ ਵੱਧ ਤੋਂ ਬਦਤਰ ਹੈ, ਬਹੁਤ ਹੀ ਭੈੜੀ ਹੈ, ਕਿਤੇ ਵੀ ਸੜਕ ਨਹੀਂ ਹੈਗੀ ਅਤੇ ਸਾਰਾ ਹੀ ਕੱਚਾ ਜਿਹਾ ਬਣਿਆ ਹੋਇਆ ਹੈਗਾ। ਅਤੇ ਜਦੋਂ ਆਉਂਗੇ ਆਪਣਾ ਪ੍ਰਪੇਅਰ ਹੋ ਕੇ ਆਇਓ, ਕਿਉਂਕਿ ਕਈ ਵਾਰ ਬੰਦਾ ਸੋਚਦਾ ਯਾਰ ਪਤਾ ਨਹੀਂ ਵਧੀਆ ਹੋਊਗਾ। ਪਿੱਛੇ ਸਾਰਾ ਜਿਹੜਾ ਮੇਨ ਰੋਡ ਸੀਗਾ ਸਾਰਾ ਮੈਲਟਡ ਹੈ, ਵਧੀਆ ਰੋਡ ਬਣਿਆ ਹੋਇਆ ਸੀਗਾ, ਪਰ ਇਹ ਟੁੱਟਿਆ ਹੋਇਆ ਸਾਰੇ ਦਾ ਸਾਰਾ। ਪਹਾੜ ਨਾ ਇੰਨੇ ਉੱਚੇ ਆ ਯਾਰ, ਕਿਤੇ ਕਿਤੇ ਤਾਂ ਨਾ ਧੁੱਪ ਵੀ ਨਹੀਂ ਪੈਂਦੀ। ਆਹ ਦੇਖੋ ਆਹ 2 ਪਹਾੜਾਂ 'ਤੇ ਛਾਈ ਆਈ ਜਾਂਦੀ, ਉਹ ਪਿਛਲੇ ਪਹਾੜ 'ਤੇ ਧੁੱਪ, ਅਤੇ ਮਤਲਬ ਸਨਲਾਈਟ ਵੀ ਨਹੀਂ ਜਾਂਦੀ। ਕਿੰਨੇ ਉੱਚੇ ਹੋਣਗੇ ਤੁਸੀਂ ਅੰਦਾਜ਼ਾ ਲਓ। 6 ਕੁ ਕਿਲੋਮੀਟਰ ਬਾਅਦ ਪਹਿਲਾਂ ਗਿਊ ਪਿੰਡ ਆਉਂਦਾ ਹੈਗਾ, ਅਤੇ ਗਿਊ ਪਿੰਡ ਹੈਗਾ ਸਾਰਾ ਜਿੰਨਾ ਤੁਸੀਂ ਦੇਖ ਰਹੇ ਹੋ, ਅਤੇ ਗਿਊ ਪਿੰਡ ਤੋਂ ਬਾਅਦ ਅੱਗੇ ਜਾ ਕੇ ਮਿਨਿਸਟਰੀ ਆਊਗੀ। ਅਤੇ ਇਹ ਜਗ੍ਹਾ ਤੁਹਾਨੂੰ ਇਸ ਕਰਕੇ ਦਿਖਾਈ ਹੈ, ਇੱਥੇ ਕੈਂਪਿੰਗ ਕਰ ਸਕਦੇ ਹੋ ਜਿਹੜਾ ਬੰਦਾ ਟੈਂਟ ਵਗੈਰਾ ਨਾਲ ਲੈ ਕੇ ਆਵੇ, ਉਹਨਾਂ ਪਾਣੀ ਵਗੈਰਾ ਵੀ ਚੱਲਦਾ, ਸਾਰੀ ਫੈਸਿਲਿਟੀ ਹੈ, ਉੱਧਰ ਵਾਸ਼ਰੂਮ ਵਗੈਰਾ ਯੂਜ਼ ਹੋ ਸਕਦੇ ਆ, ਅਤੇ ਇੱਥੇ ਆਪਣਾ ਟੈਂਟ ਲਾ ਕੇ ਰਹਿ ਸਕਦੇ ਹੋ। ਅਤੇ ਮਿਨਿਸਟਰੀ ਇੱਥੋਂ 2 ਕਿਲੋਮੀਟਰ 2.5 ਹੋਰ ਅੱਗੇ ਆ।
तीन चार दिन बाद ग्रीनरी देखने मिली है। पहला ना बिल्कुल ही ड्राई एरिया आ गया सी, ग्रीनरी जमा खत्म हो गई सी, ते हुण आले दुआले घाह भी है ते आ दरख्त तो हैगी हैगे ने ते हाँ रुखे रुखे पहाड़ हो गए सीगे, रुखे रुखे पहाड़ां च जीव ही लगण हट जांदा हैगा। ते ग्यू पिंड जाके तुसीं होम स्टे भी कर सकदे जे रहना होवे किसे ने, पिंड विचों दी लंघ के ते हुण आपां मिनिस्ट्री नूं जा रहे हां। सारा पिंड लंघ के मिनिस्ट्री बिल्कुल उपर आएगी टॉप ते, एल्टीट्यूड ज़्यादा होने करके ना मोटरसाइकिल पहले गेयर च भी ऐ तुरदा इन्ने कदे देखो 10-15-20 इतों वध नहीं तुरदा। तो शुक्र है असी सुख शांति नाल पहुँच गए ये मिनिस्ट्री च, ते सामने है ते ये आ गई जी ग्यू दी मिनिस्ट्री। ग्यू पिंड है ते मिनिस्ट्री मतलब बोधियां दा धर्म स्थान तां करके इहनूं ग्यू मिनिस्ट्री कहिंदे आ। आने वाले टाइम मैं लगता लॉक टाइल वगैरह पै जानी है, पक्का हो जूगा सारा जदों नूं तुसीं आओगे इत्थे। साइड अच्छा वो साइड है मम्मी वो छोटे निके से वो जिन्ना सारा एरिया ना चीन के बॉडर के नाल लग जाता है, इतों बहुत ही थोड़ी डिस्टेंस है चाइना बॉडर की। तो यह आर्टीटेक्चर देखो यार नवा बनाया होना। तो मम्मी तो वैसे इंग्लिश कहेंदे है, जो आपी कहना हो माए कहने भी बोधी भिक्षु जोड़े समाधि च बैठे है इस तरह कह सकते हैं मम्मी के बारे में। इन्हों का लो जी अच्छा ये है ते ये रखी हुई है बई बॉडी इन्होंने ये मम्मी आ मतलब बोधि भिक्षु ने दंद वगैरह भी उवें पए है ना, कुछ लोगों ने मत्था भी टेकया हुआ है शरदा समान अपने है ना। तो कहिंदे आ भी उहदे विच बैठे सीगे समाधि च सीगे ये जिहड़े बोधि भिक्षु आ ते ये मठ चों मिले सी, किवें की इहदा पूरा इतिहास है वो मैं तुहानूं बाहर जाके दसदा। इधर दलाई लामा जी की फोटो लगी हुई है जेडे करंटली 16वें दलाई लामा ने यह, तो इन्हों की फोटो लगी है। वैसे हाइट बहुत घट लगती है ये मम्मी की क्योंकि गोडिया भार बैठे हुए जिमें आप पैर भार कहने असल च पैर भार बैठे हुए हैं। वैसे सोचने वाली गल है यार भी दंद भी उवें पे है ना, तो जिहड़ी एक अख है एक अख थले नूं आ ते एक अख दा विच है ही नहीं ते गोडिया भार ये बैठे हुए है। बैठण दा स्टाइल देखो तुसीं ते हाँ भगती समाधि च होने उस टाइम जिस टाइम ऐ बैठे होने ते एवें शायद रैण प्राण निकले होणगे पर दंद उन तां बंदे जे जल्दी निकल जांदे आ। देखो 1430 ईस्वी दा ये मतलब बाबा साधु जां भिक्षु जां बोधी संत कुछ भी कह दो ये इदां बैठे आ। ये कोई गप नहीं रिसर्च हैगी ऑक्सफोर्ड यूनिवर्सिटी की, यकीन करना थोड़ा औखा। तो वड्डी गल ये है जिमें इजिप्ट दियां जिन्नियां मम्मीज ने उन्होंने मसाले ला के रखे गए भाई, नक् की हड्डी भी इतों टेढ़ी हुई इधरों दिखती है नक् टेढ़ा होया है ते इत्थे कोई मसाला नहीं लाया गया कोई लेप नहीं किया गया, ये ऐसे तरह ही बैठे है मतलब 500 साल हो गए इन्हों इसे तरह बैठे हैं। इधरले पासे देखो हाँ ते अपने लोग हुण आउंदे आ देखण इस चीज नूं दूरों हाथ तो ओ देखो जिवें नाम जपदे नहीं हुंदे आपां माला फड़ के नाम जपदे उवें आ गुंपा च मिले सी ना इहनां दी बॉडी तां करके इहदा उवें आ गल आ देखो एवें आ हाथ जिवें बंदा नाम जपदा हुंदा माला हुंदी है माला हुंदी है ना जिवें अपने माला। चाइना इतो इन्ना नेड़े आ फोन ने टाइम भी चाइना का चक लिया देखो 7:11 देख लो धुप तो अजे इन्नी खड़ी है 7:11 दिखाई जाता है तो चीन का टाइम चकी जाता है बिल्कुल नेड़े इतों। तो यह बुद्धिस्ट मोंक सीगे ने इन्हों का नाम सीगा सडिंगा तेंजन ऐस एवें करके कुछ उत्तर हिस्टरी च नाम लिखा हुआ है। तो ये 1430 ईस्वी के मतलब एवं समाधि बैठे है उदों शायद जिवें मैडीटेशन करते होंगे बुद्धिज़म च शायद मैडीटेशन करते होंगे पूरी हिस्टरी उत्थे लिखी है वो अनुसार 1975 च इतने भूचाल आता है जिदे इतने मतलब तबाही हो जाए जिहड़ा स्तूप सीगा जिहदे विच बैठे से तबाह हो जाता है। फिर 1981-82 च इतने ITBP है जी
ਉਹ ਖੁਦਾਈ ਕਰਦੀ ਹੈ ਬੰਕਰਾਂ ਦੀ, ਕਿਉਂਕਿ ਚਾਈਨਾ ਬਾਰਡਰ ਨੇੜੇ ਆ ਜਿਵੇਂ ਤੁਹਾਨੂੰ ਦੱਸਿਆ। ਖੁਦਾਈ ਦੇ ਦੌਰਾਨ ਉਹਨਾਂ ਨੂੰ ਇਹ ਮੰਮੀ ਉੱਥੋਂ ਡੈੱਡ ਬੋਡੀ ਮਿਲਦੀ ਹੈ ਅਤੇ ਪਿੰਡ ਵਾਲੇ ਦੇ ਬਿਆਨ ਅਨੁਸਾਰ ਉਹ ਪਛਾਣਦੇ ਆ ਵੀ ਇਹ ਮੰਮੀ। ਹਾਂ, ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਰਿਸਰਚ ਕਰਨ ਆਉਂਦੇ ਜਿਹੜੇ ਉਹਨਾਂ ਨੇ ਮਤਲਬ ਰਿਕਨਾਈਜ਼ ਕੀਤਾ ਇਸ ਗੱਲ ਨੂੰ ਵੀ 1430 ਈਸਵੀ ਦੀ ਇਹ ਹੈਗੀ ਆ, ਲਗਭਗ ਅੱਜ ਤੋਂ 600 ਸਾਲ ਪੁਰਾਣੀ। ਮਤਲਬ ਕੋਈ ਏਦਾਂ ਨਹੀਂ ਹੈਗਾ ਵੀ ਕਿਸੇ ਦੇ ਕਹਿਣ ਤੇ ਜਾਂ ਮਿੱਥ ਦੇ ਕਹਿਣ ਤੇ ਮਿੱਥਾਂ ਬਣ ਗਈਆਂ ਤਾਂ ਇਹ ਇੱਥੇ ਇਤਿਹਾਸ ਬਣ ਗਿਆ, ਬਕਾਇਦਾ ਇਹਦੀ ਰਿਸਰਚ ਹੋਈ ਹੋਈ। ਵੈਸੇ ਪਹਿਲਾਂ ਇੱਕ ਤਿੱਬਤ 'ਚ ਵੀ ਮਿਲੇ ਸੀ ਇਹੋ ਜਿਹੇ ਬੋਧੀ ਭਿਕਸ਼ੂ, ਅਤੇ ਉਹ ਵੀ 500-600 ਸਾਲ ਪੁਰਾਣੀ। ਉਹ ਮੈਂ ਨਿਊਜ਼ ਪੇਪਰ 'ਚ ਨਿਊਜ਼ ਪੜ੍ਹੀ ਸੀ ਕਿ ਉੱਥੇ ਵੀ ਮਿਲੇ ਸੀ ਐਵੇਂ ਦੇ, ਅਤੇ ਆਹ ਐਕਚੁਅਲ 'ਚ ਸੱਚਮੁੱਚ ਦੇਖਣ ਨੂੰ ਆਪਣੇ ਇੰਡੀਆ 'ਚ ਮਿਲ ਗਿਆ ਹੈ ਨਾ, ਕਿ ਐਵੇਂ ਦੀ ਮਤਲਬ ਚੀਜ਼ਾਂ ਹੈਗੀਆਂ ਜਾਂ ਆਪਾਂ ਦੇਖ ਸਕਦੇ ਹਾਂ। ਅਤੇ ਹੁਣ ਆਪਾਂ ਚੱਲਦੇ ਹਾਂ ਮਿਨਿਸਟਰੀ ਦੇ ਉੱਪਰ। ਆਕਸੀਜਨ ਦੀ ਇੱਥੇ ਇੰਨੀ ਕਮੀ ਹੋ ਜਾਂਦੀ ਹੈ ਕਿ ਸਰੀਰ 'ਚ ਜਾਨ ਹੀ ਨਹੀਂ ਰਹਿੰਦੀ। ਉੱਪਰ ਚੜ੍ਹਨ ਨੂੰ ਵੀ ਐਂ ਜੀ ਕਰਦਾ ਵੀ ਜੇ ਕੋਈ ਚੱਕ ਕੇ ਲੈ ਜੇ ਉੱਪਰ 'ਚ। ਇਹ ਆ ਗਿਆ ਆਪਾਂ ਇਸ ਮਿਨਿਸਟਰੀ ਦੇ ਉੱਪਰ, ਉਹ ਸਾਹਮਣੇ ਪਿੰਡ ਦਿਖਦਾ ਗਿਊ, ਅਤੇ ਇਹਦੇ ਅੰਦਰ ਜਾਣਾ ਅਲਾਊਡ ਨਹੀਂ ਹੈਗਾ। ਥੱਲੋਂ ਦੀ ਤੁਹਾਨੂੰ ਦਿਖਾਇਆ ਸੀ ਲੋਕ ਆ, ਐਲਟੀਟਿਊਡ ਲੋ ਆ ਯਾਰ, ਦਮ ਬਹੁਤ ਚੜ੍ਹਦਾ ਇੱਥੇ। ਉਹ ਸਾਹਮਣੇ ਪਿੰਡ ਆ ਸਾਰਾ ਗਿਊ ਪਿੰਡ, ਉਹ ਆਰਮੀ ਵੀ ਬੈਠੀ ਆਪਣੀ ITBP ਇੱਥੇ। ਇਹ ਸੀ ਉੱਪਰੋਂ, ਇਹਦੇ ਅੰਦਰ ਮੇਰੇ ਖਿਆਲ 'ਚ ਕੁਛ ਖਾਸ ਹੈ ਨਹੀਂ। ਹਾਂ ਨਹੀਂ ਹੈਗਾ। ਮਿਨਿਸਟਰੀ ਦੇ ਬਾਹਰ ਹੀ ਨਾ, ਅਤੇ ਇੱਥੇ ਇੱਕ ਢਾਬਾ ਵੀ ਬਣਿਆ ਹੋਇਆ, ਉਹ ਮਿਨਿਸਟਰੀ ਹੈਗੀ ਪਿੱਛੇ ਦੇਖੋ, ਅਤੇ ਇੰਨੀ ਬਾਹਰ ਇੱਥੇ ਬਾਹਰ ਬਾਹਰ ਬਣਿਆ ਹੋਇਆ ਢਾਬਾ, ਅਤੇ ਪੱਕਾ ਇਹ ਵਾਹਵਾ ਟਾਈਮ ਦਾ। ਅਤੇ ਬਾਈ ਨੂੰ ਪੁੱਛਦੇ ਇੱਥੋਂ ਬਾਰਡਰ ਕਿੰਨੀ ਦੂਰ ਆ, ਰੇਟ ਲਿਸਟ ਲੱਗੀ ਹੋਈ ਹੈ। ਐੱਗ ਫਰਾਈਡ ਰਾਈਸ ਕੀ ਹੈ ਬਾਈ, ਕੈਸੇ ਹੋ, ਯਹੀਂ ਸੀ ਹੋ ਆਪ, ਠੀਕ ਹੈ, ਰਸਤਾ ਸਾਫ ਹੈ, ਰਸਤਾ ਸਾਫ। ਹੁਣ ਅੱਗੇ ਅਸੀਂ ਜਾਣਾ ਤਾਬੋ, ਤਾਬੋ ਕਿੰਨੀ ਦੂਰ ਹੈ ਇੱਥੋਂ, ਕਿਤਨੀ ਦੂਰ ਹੈ ਬਾਈ ਤਾਬੋ ਯਹਾਂ ਸੇ? 35 ਕਿਲੋਮੀਟਰ ਹੈ ਜੀ। 35 ਕਿਲੋਮੀਟਰ, ਰਸਤਾ ਚੱਕਾ ਚੱਕਾ ਹੈ ਜਾਂ ਉਬੜ ਖਾਬੜ ਹੈ? ਰਸਤਾ ਬੜੀਆ ਹੈ, ਬੜੀਆ ਹੈ, ਬੜੀਆ ਹੈ। ਯਹਾਂ ਸੇ ਬਾਰਡਰ ਕਿਤਨੀ ਦੂਰ ਹੈ ਚਾਈਨਾ ਕਾ? ਯਹਾਂ ਸੇ ਬਾਰਡਰ 20 ਕਿਲੋਮੀਟਰ ਹੈ। 20 ਕਿਲੋਮੀਟਰ, ਰਸਤਾ ਜਾਣੇ ਨਹੀਂ, ਰਸਤਾ ਨਹੀਂ ਹੈ, ਰਸਤਾ ਨਹੀਂ ਹੈ, ਆਰਮੀ ਜਾਤੀ ਓਨਲੀ, ਆਰਮੀ ਜਾਤੀ। ਅੱਛਾ, ਠੀਕ ਹੈ। ਇੱਥੇ ਇਨਕੇ ਪਹਾੜੋਂ ਕੇ ਬੀਚ ਮੇਂ ਜਾਤਾ ਹੈ ਜਾਂ ਵੈਸੇ ਕੋਈ ਰਸਤਾ ਜਾਤਾ ਹੈ? ਹਾਂ, ਪਹਾੜੋਂ ਕੇ ਬੀਚ ਟ੍ਰੈਕ ਕਰਨਾ ਪੜਦਾ ਹੈ, ਕੋਈ ਪਰਟੀਕੁਲਰ ਰਸਤਾ ਹੈ ਨਹੀਂ। ਅੱਛਾ, ਟ੍ਰੈਕਿੰਗ ਕਰਕੇ ਜਾਣਾ ਪੜਦਾ ਹੈ? ਜੀ ਜੀ, ਠੀਕ ਹੈ, ਟ੍ਰੈਕ ਕਰਕੇ ਜਾਣਾ ਪੈਂਦਾ ਭਾਈ। ਆਪਕਾ ਯਹੀ ਵਿਲੇਜ ਹੈ? ਹਾਂ ਜੀ, ਠੀਕ ਹੈ। ਲੈ ਬਈ, ਇੱਥੇ ਭੁੱਖ ਲੱਗ ਰਹੀ ਹੈ, ਕੁਛ ਖਾ ਕੇ ਯਾਰ ਫਿਰ ਅਸੀਂ ਅੱਗੇ ਵੱਧਦੇ ਹਾਂ ਸਫ਼ਰ ਵੱਲ। ਸਾਡੇ ਵੱਲ ਤਾਂ ਬਹੁਤ ਜਾਣਾ ਹੈ, 35 ਕਿਲੋਮੀਟਰ ਦਾ ਸਾਡਾ ਸਫ਼ਰ ਇੱਥੋਂ ਹੋਰ ਆ। ਸ਼ਿਮਲੇ ਤੋਂ, ਸ਼ਿਮਲੇ ਸੇ ਹੋ? ਸ਼ਿਮਲਾ ਸੇ, ਸ਼ਿਮਲਾ ਸੇ। ਆਪਕਾ ਤਾਂ ਹਿਮਾਚਲ ਹੀ ਹੈ, ਹੈ? ਹਮ ਦੂਰ ਸੇ ਆਏ ਹਾਂ। ਆਪ ਕਹਾਂ ਸੇ? ਪੰਜਾਬ ਪਟਿਆਲਾ। ਕੈਸਾ ਲਗਾ? ਬਹੁਤ ਅੱਛਾ। ਆਪਕੋ ਕੈਸਾ ਲਗਾ? ਹਮੇ ਤੋ ਆਦਤ ਹੈ ਇਨ ਪਹਾੜੋਂ ਕੀ। ਆਪ? ਅੱਛਾ, ਨਹੀਂ ਹਮਕੋ ਤੋ ਅੱਛਾ ਲਗਾ, ਯਹਾਂ ਥੋੜੇ ਬੜੇ ਹੈ, ਹਮਾਰੇ ਥੋੜੇ ਛੋਟੇ ਹੋ। ਹਾਂ, ਸ਼ਿਮਲੇ ਸੇ ਤੋ ਬਹੁਤ ਫਰਕ ਹੈ ਇਧਰ, ਹੈ ਨਾ? ਫਰਕ ਤੋ ਹੈ, ਬੜੇ ਬੜੇ ਕਾਫੀ। ਸਹੀ ਹੈ, ਠੀਕ ਹੈ, ਚਲੋ ਮਿਲਦੇ ਹਾਂ। ਓਕੇ ਬ੍ਰੋ, ਥੈਂਕ ਯੂ। ਇਸ ਤੋਂ ਜਿਹੜਾ ਅਗਲਾ ਵਲੌਗ ਹੋਊਗਾ ਉਹਦੇ 'ਚ ਆਪਾਂ ਤਾਬੋ ਤੋਂ, ਮਤਲਬ ਤਾਬੋ ਦੀ ਇੱਕ ਮਿਨਿਸਟਰੀ ਹੈ ਪੁਰਾਣੀ, ਉਹ ਦਿਖਾਵਾਂਗੇ। ਦੁਨੀਆ ਦਾ ਸਭ ਤੋਂ ਉੱਚਾ ਪਿੰਡ ਅਤੇ ਦੁਨੀਆ ਦਾ ਸਭ ਤੋਂ ਉੱਚਾ ਡਾਕਖਾਨਾ, ਇਹ ਆਉਣ ਵਾਲੇ ਵਲੌਗ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ। ਸੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ, ਪੰਜਾਬੀ ਟਰੈਵਲ ਕਪਲ ਨਾਲ। ਅਜੇ ਚਾਈਨਾ ਦਾ ਬਾਰਡਰ ਖਤਮ ਨਹੀਂ ਹੋਇਆ, ਨਾਲ ਨਾਲ ਆਪਾਂ ਬਹੁਤ ਲੰਬੀ ਦੂਰ ਤੱਕ ਤੁਹਾਨੂੰ ਲੈ ਕੇ ਜਾਣਾ, ਬਹੁਤ ਕੁਛ ਘੁਮਾਉਣਾ। ਦੇਖਦੇ ਰਹੋ ਸਾਡੇ ਵਲੌਗ। ਗਿਊ ਮਿਨਿਸਟਰੀ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਤਬੋ ਨੂੰ, ਅਤੇ ਤਬੋ ਇੱਥੋਂ ਹੈਗਾ 35 ਕਿਲੋਮੀਟਰ, ਅਤੇ ਉਹ ਵੀ ਬੋਧੀਆਂ ਦਾ ਪੁਰਾਣਾ ਸ਼ਹਿਰ ਹੈਗਾ। ਮਾਲ ਦੀ ਧਰਤੀ ਆ ਯਾਰ ਇਹ, ਜਿਹਨੇ ਇਹ ਨਹੀਂ ਦੇਖਿਆ ਨਾ ਤਾਂ ਉਹਨੇ ਸਮਝ ਲਓ ਵੀ ਜਹਾਨ 'ਤੇ ਕੁਛ ਵੀ ਨਹੀਂ ਦੇਖਿਆ। ਅਤੇ ਜ਼ਰੂਰੀ ਨਹੀਂ ਵੀ ਤੁਹਾਡੇ ਕੋਲ ਮੋਟਰਸਾਈਕਲ ਜਾਂ ਗੱਡੀ ਇਹ ਸਾਧਨ ਚਾਹੀਦੇ ਆ, ਤੁਸੀਂ ਬੱਸ 'ਤੇ ਵੀ ਆ ਸਕਦੇ ਹੋ, ਬੱਸ ਵੀ ਆਉਂਦੀ ਹੈ ਇੱਥੇ ਸਿੱਧੀ। ਅਤੇ ਇੰਨੀ ਕੁਦਰਤ, ਮਤਲਬ ਇਹ ਧਰਤੀ ਇੰਨੀ ਸੋਹਣੀ ਹੈ, ਧਰਤੀ ਦਾ ਹਿੱਸਾ ਇੰਨਾ ਸੋਹਣਾ ਹੈਗਾ, ਮੈਨੂੰ ਐਂ ਲੱਗਦਾ ਤੁਹਾਨੂੰ ਜ਼ਿੰਦਗੀ 'ਚ ਇੱਥੇ ਜ਼ਰੂਰ ਆਉਣਾ ਚਾਹੀਦਾ, ਤੁਹਾਨੂੰ ਜ਼ਰੂਰ। ਇਹ ਖੂਬਸੂਰਤੀ ਮੈਂ ਜ਼ਿੰਦਗੀ 'ਚ ਕਦੇ ਹੋਰ ਨਹੀਂ ਦੇਖੀ। ਇਹੋ ਜਿਹੇ ਪਹਾੜ ਅਫਗਾਨਿਸਤਾਨ 'ਚ ਵੀ ਦੇਖੇ ਸੀ ਵੈਸੇ, ਪਰ ਜਿਹੜਾ ਕੁਛ ਇੱਥੇ ਨਾ ਉਹ ਹੋਰ ਕਿਤੇ ਨਹੀਂ। ਸਾਡਾ ਨਾ ਵਲੌਗ ਬਣਾਉਣ ਦਾ ਮੁੱਖ ਮਕਸਦ ਇਹ ਵੀ ਹੁੰਦਾ, ਇੱਕ ਤਾਂ ਤੁਹਾਨੂੰ ਮੋਟੀਵੇਟ ਕਰਨਾ ਵੀ ਘਰੋਂ ਨਿਕਲੋ, ਦੁਨੀਆ ਦੇਖੋ, ਹੈ ਨਾ, ਦੁਨੀਆ ਕਿੱਥੇ ਵੱਸਦੀ ਹੈ ਜਾਂ ਕੀ ਦੁਨੀਆ ਦਾ ਇਤਿਹਾਸ ਹੈ, ਕੀ ਕੁਛ ਦੁਨੀਆ 'ਚ ਚੱਲ ਰਿਹਾ ਯਾਰ। ਬਾਕੀ ਇਹ ਨਹੀਂ ਹੈਗਾ ਹੋਰ ਵਲੌਗਰਾਂ ਨੂੰ ਵੀ ਚੱਕ ਲਓ ਧਰ ਲਓ ਆਹ ਹੋ ਗਿਆ ਹੋ ਗਿਆ, ਹੈ ਨਾ, ਐਂ ਹੁੰਦਾ ਯਾਰ। ਜੇ ਤੁਸੀਂ ਸਾਨੂੰ ਟਾਈਮ ਦਿੰਦੇ ਹੋ ਆਪਦਾ ਵੀ ਜ਼ਿੰਦਗੀ ਦਾ, ਤੁਹਾਨੂੰ ਕੁਛ ਦੱਸ ਸਕੀਏ, ਤੁਹਾਨੂੰ ਕੁਛ ਦਿਖਾ ਸਕੀਏ, ਕਿਉਂਕਿ ਜ਼ਿੰਦਗੀ 'ਚ ਸਭ ਤੋਂ ਕੀਮਤੀ ਚੀਜ਼ ਸਮਾਂ, ਉਹ ਤੁਸੀਂ ਸਾਨੂੰ ਦੇ ਰਹੇ ਹੋ, ਉਹ ਸਾਨੂੰ ਦੇ ਕੇ ਤੁਸੀਂ ਸਾਨੂੰ ਦੇਖਦੇ ਹੋ, ਹੈ ਨਾ, ਸਾਡਾ ਇਹ ਮੁੱਢਲਾ ਫਰਜ਼ ਬਣਦਾ ਤੁਹਾਡੇ ਤੱਕ ਚੰਗੀਆਂ ਚੀਜ਼ਾਂ ਪਹੁੰਚਾਈਏ। ਸੋ ਤਬੋ ਰਹਿ ਗਿਆ ਹੁਣ ਇੱਥੋਂ 10 ਕਿਲੋਮੀਟਰ, ਅਤੇ ਆਪਣਾ ਸੀ ਇਹ ਅੱਜ ਦਾ ਵਲੌਗ।
ਤੁਹਾਨੂੰ ਬੋਧੀਆਂ ਦੀ ਧਰਤੀ ਦਿਖਾਉਣੀ ਸੀਗੀ। ਆਪਾਂ ਨਾਕੋ ਤੋਂ ਲੈ ਕੇ ਤਬੋ ਤੱਕ ਦਾ ਨਾਕੋ, ਸੁਮਦੋ ਅਤੇ ਗਿਊ ਤਬੋ ਇਹ ਸਾਰਾ ਏਰੀਆ ਤੁਹਾਨੂੰ ਦਿਖਾਉਣਾ ਸੀਗਾ। ਤਬੋ ਜਾ ਕੇ ਆਪਾਂ ਵਲੌਗ ਆਪਣਾ ਸਮਾਪਤ ਕਰਾਂਗੇ। ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ। ਤੋ ਦੇਖਦੇ ਰਹੋ ਸਾਡਾ ਚੈਨਲ ਨਵੀਆਂ ਵੀਡੀਓ ਨਵੀਆਂ ਥਾਵਾਂ ਦੇਖਣ ਲਈ।